ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼। ਮੈਂ ਫਿਰ ਤੋਂ ਹਾਜ਼ਰ ਹਾਂ ਵਰਿੰਦਰ ਭੁੱਲਰ। ਤੁਸੀਂ ਦੇਖ ਰਹੇ ਹੋ ਇਸ ਸੰਸਥਾ ਦੇ ਵਿੱਚ ਜਾਟ ਮਹਾਸਭਾ 1982 ਜੋ ਇਹ ਭਵਨ ਬਣਿਆ ਹੋਇਆ। ਇਸ ਦੇ ਵਿੱਚ ਅੱਜ ਉਗਰਾਹਾਂ ਪਾਰਟੀ ਦਾ ਠਹਿਰਾਓ ਕੀਤਾ ਗਿਆ ਰਾਤ ਦਾ, ਅਤੇ ਇਸ ਤੋਂ ਬਾਅਦ ਸਵੇਰ ਨੂੰ ਗਾਹਾਂ ਚਾਲੇ ਪਾਏ ਜਾਣਗੇ ਮੁਜ਼ੱਫਰਨਗਰ ਵਿੱਚ, ਚਾਲੇ ਪਾਏ ਜਾਣਗੇ ਜੋ ਕਿ ਮੋਦੀ ਨੇ ਕਾਲੇ ਕਾਨੂੰਨ ਇਹ ਆਪਦੇ ਪਾਸ ਕੀਤੇ ਨੇ ਉਸਦੇ ਵਿਰੋਧ ਦੇ ਵਿੱਚ। ਕਿਸਾਨ ਵੀਰ ਇੱਥੇ ਜੁਟੇ ਨੇ, ਅਤੇ ਰਕੇਸ਼ ਕੇਆਰ ਜੀ ਨੂੰ ਇਹ ਕੌਲ ਦਿੱਤੀ ਗਈ ਸੀ ਕਿ ਇੱਕ ਤਰ੍ਹਾਂ ਦੀ ਦਹਾੜ ਮਾਰੀ ਗਈ ਸੀ ਜਿਸ ਤੋਂ ਕਿ ਭਾਜਪਾ ਬਿਲਕੁਲ ਡਰਦੀ ਨਜ਼ਰ ਆ ਰਹੀ ਹੈ। ਤੁਸੀਂ ਕਿਸਾਨ ਵੀਰਾਂ ਦਾ ਇਕੱਠ ਦੇਖ ਰਹੇ ਹੋ, ਹਜੇ ਵੀ ਕਿਸਾਨ ਵੀਰ ਆ ਰਹੇ ਨੇ, ਬਾਕੀ ਆਪਦੇ ਕਮਰਿਆਂ ਦੇ ਵਿੱਚ ਅੰਦਰੋਂ ਅੰਦਰੀ ਚਲੇ ਗਏ ਨੇ, ਅਤੇ ਇੱਥੇ ਆਪਣੇ ਨਾਲ ਕੁਝ ਕਿਸਾਨ ਵੀਰ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਅਤੇ ਹਾਂਜੀ ਵੀਰ ਜੀ, ਤੁਸੀਂ ਇਹ ਜੋ ਰਕੇਸ਼ ਟਕੈਤਨੀ ਜਾਂ ਕੌਲ ਦਿੱਤੀ ਆ, ਇਹ ਕਿਸ ਚੀਜ਼ ਦੀ ਕੌਲ ਦਿੱਤੀ ਹੈ? ਇਹ ਜਿਹੜੀ ਕੌਲ ਦਿੱਤੀ ਆ, ਉਹਨਾਂ ਨੇ ਮੋਦੀ ਸਰਕਾਰ ਨੂੰ ਇੱਕ ਦਹਾੜ ਮਾਰੀ ਹੈ, ਉਹਨਾਂ ਦੀ ਜੋ ਪੈਰਾਂ ਥੱਲੋਂ ਜ਼ਮੀਨ ਨਿਕਲਣ ਲਈ ਉਹਨਾਂ ਦਹਾੜ ਮਾਰੀ ਹੈ, ਅਤੇ ਸਾਡਾ ਜਿਹੜਾ ਇਕੱਠ ਹੈ ਉਹ ਪੂਰਾ ਉਹਨੂੰ ਥੱਲੋਂ ਉਹਦੀ ਜ਼ਮੀਨ ਹਲਿਆ ਕੇ ਪੈਰਾਂ ਥੱਲੋਂ ਰੱਖੂਗਾ। ਅਤੇ ਵੀਰ ਜੀ, ਜੇ ਇਹ ਤੋਂ ਇਲਾਵਾ ਗੱਲ ਕਰੀਏ ਵੀ ਅੱਜ ਦਾ ਤੁਹਾਡਾ ਉਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ ਕਿ ਖਾਣ ਪੀਣ, ਰਹਿਣ ਕਰਨ ਦੇ ਉੱਤੇ ਕੱਪੜਾ ਵਗੈਰਾ ਲੈਣ ਨੂੰ ਸਾਰਾ ਪ੍ਰਬੰਧ ਉਗਰਾਹਾਂ ਪਾਰਟੀ ਵੱਲੋਂ ਕੀਤਾ ਗਿਆ ਹੈ? ਹਾਂਜੀ, A to Z ਸਾਰਾ ਕੁਝ ਕੀਤਾ ਗਿਆ ਜੀ। ਜੀ ਬਿਲਕੁਲ। ਅਤੇ ਇਸ ਤੋਂ ਇਲਾਵਾ ਵੀਰੇ, ਜੇ ਗੱਲ ਕਰੀਏ ਵੀ ਕਾਲੇ ਕਾਨੂੰਨ ਇਸ ਟਾਈਮ ਹਰੇਕ ਬੰਦਾ ਵਿਰੋਧ ਕਰ ਰਿਹਾ, ਛੋਟੇ ਤੋਂ ਲੈ ਕੇ ਬੱਚੇ ਤੱਕ, ਅਤੇ ਉਸ ਤੋਂ ਇਲਾਵਾ ਵੀ ਜੇ ਆਪਾਂ ਗੱਲ ਕਰੀਏ ਪਿੱਛੇ ਜੇ ਸੈਂਟਰ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ, ਇੱਕ ਐਪਲੀਕੇਸ਼ਨ ਜਾਰੀ ਕੀਤੀ ਹੈ ਵਿੰਨੀ ਮਹਾਜਨ ਨੂੰ, ਪੰਜਾਬ ਦੀ ਨੂੰ, ਉਸ ਨੂੰ ਕਿਹਾ ਹੈ ਵੀ ਜੇ ਟੋਲ ਪਲਾਜ਼ਿਆਂ 'ਤੇ ਧਰਨੇ ਲੱਗੇ ਹੋਏ ਨੇ ਵੀ ਉਹਨਾਂ ਨੂੰ ਚੁਕਾਇਆ ਜਾਵੇ, ਟੋਲ ਖੋਲ੍ਹੇ ਜਾਣ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਉਹਨਾਂ ਤੱਕ ਕੋਈ ਟੂਲ ਟੈਕਸ ਨਹੀਂ ਖੁੱਲਣਗੇ ਜਿੰਨਾ ਚੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਜੀ। ਠੀਕ ਹੈ। ਅਤੇ ਵੀਰ ਜੀ, ਉੱਥੇ ਜਾ ਕੇ ਅੱਜ ਤੁਹਾਡਾ ਉਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ, ਅਤੇ ਸਵੇਰੇ ਤੁਹਾਨੂੰ ਕਿੰਨੇ ਦੀ ਕਾਲ ਦਿੱਤੀ ਗਈ ਹੈ ਵੀ ਕਿੰਨੇ ਟਾਈਮ, ਕਿਹੜੇ ਟਾਈਮ ਤੱਕ ਤੁਸੀਂ ਉੱਥੇ ਪਹੁੰਚਣਾ ਹੈ? ਸਾਨੂੰ ਉੱਥੇ ਸਹੀ 10 ਵਜੇ ਪਹੁੰਚਣ ਦੀ ਕਾਲ ਦਿੱਤੀ ਗਈ ਹੈ ਜੀ, ਕਿਉਂਕਿ 10 ਤੋਂ 4 ਵਜੇ ਤੱਕ ਉੱਥੇ ਚੱਲਣੀ ਹੈ ਮਹਾਂ ਅੰਦੋਲਨ ਸਾਡਾ ਜੀ। ਨਾ ਕਿਤੇ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਖਬਰਾਂ ਆ ਰਹੀਆਂ ਨੇ ਵੀ ਦਿੱਲੀ ਧਰਨੇ ਦੇ ਉੱਤੇ ਇਕੱਠ ਬਹੁਤ ਘੱਟ ਗਿਆ, ਲੋਕ ਘਰਾਂ ਨੂੰ ਵਾਪਸ ਜਾ ਰਹੇ ਨੇ। ਅੱਜ ਵੀ ਇਹ ਮਹਾਰੈਲੀ ਦੇਖ ਕੇ ਜੋ ਕਿਸਾਨ ਆ ਰਿਹਾ ਹੈ ਉਸ ਨੂੰ ਦੇਖ ਕੇ ਇੱਦਾਂ ਲੱਗ ਰਿਹਾ ਹੈ ਵੀ ਜੋ ਪਿੰਡਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਉਹ ਲੋਕ ਅਜਾਈ ਗੱਲਾਂ ਕਰੀ ਜਾਂਦੇ ਨੇ, ਤੁਸੀਂ ਉਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਸਰ, ਮੈਂ ਉਹ ਕਹਿਣਾ ਚਾਹੁੰਦਾ, ਜਿਹੜੀ ਵੀ ਪਾਰਟੀਆਂ ਦੀ ਅਕਾਲੀ ਹੋ ਗਏ, ਕਾਂਗਰਸੀ ਹੋ ਗਏ, ਭਾਜਪਾ ਦੇ ਹੋ ਗਏ, ਇਹ ਜਿਹੜੇ ਚਮਚਾਗਿਰੀ ਨੇ ਉੱਥੇ ਚਮਚੇ ਬੈਠੇ ਨੇ, ਹਜੇ ਵੀ ਬੈਠੇ ਨੇ ਪੰਜਾਬ ਦੇ ਵਿੱਚ, ਕਿਉਂਕਿ ਉਹ ਅੰਦੋਲਨ ਨੂੰ ਥੋੜਾ ਜਿਹਾ ਪਿੱਛੇ ਹਟਾਉਣ ਨੂੰ ਫਿਰਦੇ ਨੇ, ਪਰ ਬਾਬੇ ਦੀ ਮਿਹਰ ਨਾਲ ਸਾਡਾ ਅੰਦੋਲਨ ਹਜੇ ਵੀ ਸਫਲ ਹੈ, ਰਹੂਗਾ ਵੀ, ਹਰ ਕਾਲੇ ਕਾਨੂੰਨ ਚ ਤਿੰਨੋਂ ਅਸੀਂ ਰੱਦ ਕਰਾ ਕੇ ਵਾਪਸ ਫਿਰ ਪੰਜਾਬ ਪਰਤਾਂਗੇ। ਇਸ ਤੋਂ ਇਲਾਵਾ ਤੁਸੀਂ ਸਾਰੇ ਵੀਰ ਹੋਰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਸਾਰਾ ਇਹ ਚਾਹੁੰਦੇ ਹਾਂ ਜੀ, ਜਿਹੜੇ ਪਾਰਟੀ ਬਾਜੀ ਤੋਂ ਕੱਟ ਕੇ ਬਾਹਰ ਜਿਹੜਾ ਆਪਣੇ ਕੀਲਾ ਗਰਦਨ ਦੇ ਵਿੱਚ ਅੜਿਆ ਹੋਇਆ ਵੀ ਮੈਂ ਅਕਾਲੀ ਜਾਂ ਮੈਂ ਕਾਂਗਰਸੀ ਹਾਂ ਜਾਂ ਮੈਂ ਝਾੜੂ ਵਾਲਾ ਕੋਈ ਵੀ ਹੈ ਜੀ, ਆਪਾਂ ਪਾਰਟੀ ਤੋਂ ਬਾਹਰ ਨਿਕਲ ਕੇ ਆਪਾਂ ਕਿਸਾਨ ਅੰਦੋਲਨ ਨੂੰ ਦੇਖੀਏ ਵੀ ਉਹ ਕਿਸੇ ਇੱਕ ਦਾ ਨਹੀਂ ਹੈਗਾ, ਉਹ ਹਰ ਇੱਕ ਵਰਗ ਦਾ ਹੈ ਜੀ, ਕਿਸਾਨ ਦਾ, ਮਜ਼ਦੂਰ ਦਾ, ਵਪਾਰੀ ਦਾ, ਸਭ ਦਾ ਜੀ ਇੱਕ ਦਾ। ਕਿਉਂਕਿ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਵੱਧ ਚੜ ਕੇ ਜੇ ਆਪਾਂ ਅੱਜ ਇਹ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਹਾਂ ਤਾਂ ਹੋ ਸਕਦਾ ਆਪਣੀਆਂ ਜ਼ਮੀਨਾਂ, ਆਪਣੇ ਜੋ ਕਾਰੋਬਾਰ ਨੇ ਉਹ ਬਚ ਸਕਦੇ ਨੇ, ਨਹੀਂ ਬਚ ਸਕਦੇ। ਇੱਕ ਜੋਗਿੰਦਰ ਸਿੰਘ ਉਗਰਾਹਾਂ ਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ, ਪਿੱਛੇ ਜੇ ਆਪਾਂ ਦੇਖਦੇ ਹਾਂ ਜੋ ਪਿੰਡਾਂ ਦੇ ਵਿੱਚ ਹੋਰ ਪਾਰਟੀਆਂ ਦਾ, ਕਾਂਗਰਸੀਆਂ ਦਾ, ਅਕਾਲੀ ਦਲ ਦਾ ਬਾਈਕਾਟ ਕੀਤਾ ਜਾ ਰਿਹਾ, ਵਿਰੋਧ ਕੀਤਾ ਜਾ ਰਿਹਾ, ਜੋਗਿੰਦਰ ਸਿੰਘ ਉਗਰਾਹਾਂ ਨੇ ਇਹ ਬਿਆਨ ਜਾਰੀ ਕੀਤਾ ਸੀ ਵੀ ਕਿਸੇ ਪਾਰਟੀ ਨਾਲ ਹੋਰ ਕਿਸੇ ਪਾਰਟੀ ਦਾ ਵਿਰੋਧ ਨਾ ਕੀਤਾ ਜਾਵੇ, ਵੀ ਹੋ ਸਕਦਾ ਹੈ ਜੇ ਆਪਾਂ ਹੋਰ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਵੀ ਉਹਦਾ ਫਾਇਦਾ ਕਿਤੇ ਨਾ ਕਿਤੇ BJP ਸਰਕਾਰ ਲੈ ਜੇ। ਤੁਸੀਂ ਉਸ ਬਿਆਨ ਬਾਰੇ ਕੀ ਕਹਿੰਦੇ ਹੋ? ਸਰ, ਬਿਲਕੁਲ BJP ਨੂੰ ਉਹਦਾ ਫਾਇਦਾ ਹੋਣਾ, ਕਿਉਂਕਿ ਉਹਦੇ ਨਾਲ ਰਾਜਪਾਲ ਦਾ ਬਹੁਤ ਸਾਰਾ ਕਾਨੂੰਨ ਲਾਗੂ ਹੋ ਸਕੇ, ਕਿਉਂਕਿ ਆਉਣ ਵਾਲੀਆਂ ਇਲੈਕਸ਼ਨਾਂ ਫਰਵਰੀ ਦੇ ਵਿੱਚ ਉਹ ਨੁਕਸਾਨ ਦਾ ਇੱਕ ਸਿੱਧ ਨਹੀਂ ਹੋ ਸਕਦੀ ਆਪਣੇ ਲਈ, ਕਿਉਂਕਿ ਆਪਾਂ ਜਿਹਨੂੰ ਚਲੋ ਵੋਟ ਇੱਕ ਆਪਦਾ ਹੈਗਾ ਹੀ ਅਧਿਕਾਰ ਵੋਟ ਪਾਉਣ ਦਾ, ਪਰ ਇਹਦੇ ਵਿੱਚ ਜੇ ਆਪਾਂ ਪਿੱਛੇ ਹਟਦੇ ਹਾਂ, ਕਿਉਂਕਿ ਜੇ ਅਕਾਲੀ ਦਾ ਕਰਦੇ ਹਾਂ ਤਾਂ ਕਾਂਗਰਸੀ ਆਉਂਦੇ ਨੇ ਤਾਂ ਅਕਾਲੀ ਆਉਂਦੇ ਨੇ, ਉਹਦੇ ਵਿੱਚ ਫਾਇਦਾ ਨੁਕਸਾਨ ਸਿਰਫ ਕਿਸਾਨ ਨੂੰ ਇਹ ਹੋ ਰਿਹਾ ਵੀ ਜੇ ਆਪਾਂ ਵਿਦਰੋਹ ਉਹਨਾਂ ਦਾ ਕਰ ਰਹੇ ਹਾਂ ਤਾਂ ਉਹਦੇ ਵਿੱਚ ਆਪਾਂ ਕਿਤੇ ਨੂੰ ਕਿਤੇ ਪਿੱਛੇ ਹਟ ਸਕਦੇ ਹਾਂ। ਜੀ ਬਿਲਕੁਲ, ਜਿਵੇਂ ਵੀਰ ਨੇ ਕਿਹਾ ਵੀ ਇਹਨੂੰ ਤਾਂ ਕਿਸਾਨਾਂ ਦਾ ਜੋ ਵੀ ਇੱਥੇ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ ਹੈ ਇਸ ਟਾਈਮ, ਬਹੁਤ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਅਤੇ ਮਾਈਆਂ ਭੈਣਾਂ ਵੀ ਸਾਡੀਆਂ ਇੱਥੇ ਬਹੁਤ ਪਹੁੰਚੀਆਂ ਨੇ, ਤੁਸੀਂ ਦੇਖ ਸਕਦੇ ਹੋ ਵੀਰਾਂ ਨੂੰ ਇੱਥੇ ਰਾਤ ਠਹਿਰਨ ਦੀ ਕਾਲ ਦਿੱਤੀ ਗਈ ਹੈ, ਅਤੇ ਇੱਥੇ ਰਾਤ ਗੁਜ਼ਾਰ ਕੇ ਵੀਰ ਸਵੇਰੇ ਇੱਥੋਂ ਮੁਜ਼ੱਫਰਨਗਰ ਵੱਲ ਚੱਲਦੇ ਪਾਉਣਗੇ, ਲੱਖਾਂ ਦੀ ਗਿਣਤੀ ਵਿੱਚ ਵੀਰ ਇੱਥੇ ਮੌਜੂਦ ਨੇ ਇਸ ਟਾਈਮ, ਤੁਹਾਨੂੰ ਅਸੀਂ ਅੰਦਰੋਂ ਦਿਖਾ ਰਹੇ ਹਾਂ। ਜੇ ਬਾਹਰ ਦੀ ਗੱਲ ਕਰੀਏ, ਬਾਹਰੋਂ ਹਜੇ ਵੀਰ ਆਈ ਜਾ ਰਹੇ ਨੇ, ਅਤੇ ਹੋ ਸਕਦਾ ਵੀ ਹਨੇਰੇ ਤੱਕ ਵੀਰ ਆਈ ਜਾਣ। ਤੁਸੀਂ ਬਣੇ ਰਹੋ ਸਾਂਝੀ ਆਵਾਜ਼ ਦੇ ਨਾਲ, ਪਲ ਪਲ ਦੀ ਭਾਰਤ ਤੁਹਾਨੂੰ ਦਿੰਦੇ ਰਹਾਂਗੇ। ਧੰਨਵਾਦ।